टाइम्स पंजाब देख रहे तमाम दर्शकों का बहुत बहुत स्वागत है। मैं हूं आपके साथ शिप्रा, लाइव मैं आपके साथ जुड़ चुकी हूं। हम अपने भारत के एग्रीकल्चरल स्टेट में रहते हैं जी। पंजाब की बात करें तो रिच कल्चर, रिच हेरिटेज, रिच फूड, रिच म्यूजिक, हर चीज में पंजाब नंबर वन। और अगर हम लुधियाना की PAU की बात करें तो टॉप 3 रैंकिंग में PAU का नाम आ चुका है। और अब पसाइमो की तरफ से, जी हाँ पसाइमा की बात करें तो पंजाब स्टेट एग्रीकल्चर इम्प्लीमेंट मशीनरी मैन्युफैक्चरर्स एसोसिएशन की तरफ। रिच हेरिटेज, बहुत रिच कल्चर है हमारे पंजाब को, और आज एज अ प्रेसिडेंट आप इलेक्ट हुए हैं तो बहुत बड़ी रिस्पॉन्सिबिलिटी आज आपके ऊपर आ चुकी है, क्या कहेंगे? सबसे पहले थैंक यू मैम। मेरा नाम आदविंदर सिंह अमर है, मैं आज पसाइमा पंजाब का बतौर प्रेसिडेंट इलेक्ट हुआ। मैम गल करिए पंजाब हेरिटेज की, गल करिए पंजाब की एग्रीकल्चर की, असं शुरू तो ही बहुत बड़ा योगदान पाते रहे इंडियन एग्रीकल्चर के, ਅਤੇ ਚਾਹੇ ਉਹ ਮਸ਼ੀਨਰੀ ਨੂੰ ਲੈ ਕੇ ਹੋਵੇ, ਚਾਹੇ ਉਹ ਕਿਸੇ ਸੀਡ ਨੂੰ ਲੈ ਕੇ ਹੋਵੇ, ਚਾਹੇ ਅਗਾਂਹ ਵਧੂ ਹੋਵੇ, ਜਿਹੜਾ ਗ੍ਰੀਨ ਰੈਵੋਲਿਊਸ਼ਨ ਹੈ ਉਹ ਪੰਜਾਬ 'ਤੇ ਸ਼ੁਰੂ ਹੋਇਆ, ਅਤੇ ਉਹ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਇਹ ਬਹੁਤ ਵੱਡਾ ਇੱਕ ਅਦਾਰਾ ਹੈ ਸਾਡਾ ਐਸੋਸੀਏਸ਼ਨ ਦਾ। ਅਤੇ ਸਾਡਾ ਅਦਾਰਾ ਤਕਰੀਬਨ 33 ਸਾਲ ਪਹਿਲਾਂ ਸਟਾਰਟ ਹੋਇਆ, ਜਿਹਦਾ ਮੁੱਖ ਏਜੰਡਾ ਸੀ ਕਿ ਅਸੀਂ ਪੋਲਿਸੀ ਮੇਕਿੰਗ ਜੋ ਸਰਕਾਰ ਦੀ ਹੁੰਦੀ ਹੈ ਅਤੇ ਉਸਦੇ ਵਿੱਚ ਅਸੀਂ ਜੋ ਇਨਫੋਰਮੇਸ਼ਨ ਸਰਕਾਰ ਪਾਸ ਕਰਦੀ ਹੈ ਅਤੇ ਉਹਨੂੰ ਮੈਂਬਰ ਤੱਕ ਲੈ ਕੇ ਆਉਣਾ, ਅਤੇ ਜੋ ਮੈਂਬਰਾਂ ਨੂੰ ਚੈਲੇਂਜ ਆਉਂਦੇ ਆ ਉਹ ਸਰਤਾਜ ਲੈ ਤੱਕ ਲੈ ਕੇ ਆਉਣਾ, ਅਤੇ ਉਹ ਸਾਡਾ ਬਹੁਤ ਵੱਡਾ ਇੱਕ ਯੋਗਦਾਨ ਸ਼ੁਰੂ ਤੋਂ ਹੀ ਰਿਹਾ। ਅਤੇ ਜਿਵੇਂ ਪਹਿਲਾਂ ਵੀ ਹੁੰਦਾ ਰਿਹਾ ਉਹੀ SOPs 'ਤੇ ਦੁਬਾਰਾ ਅਸੀਂ ਕੰਮ ਕਰਾਂਗੇ ਅਤੇ ਉਹਦੇ ਵਿੱਚ ਹੋਰ ਬਿਹਤਰੀ ਕਰਾਂਗੇ ਜੀ, ਅਤੇ ਕੋਸ਼ਿਸ਼ ਕਰਾਂਗੇ ਜੋ ਆਸ ਜੋ ਸਾਡੇ ਮੈਂਬਰਾਂ ਨੇ ਸਾਡੇ 'ਤੇ ਜਿਤਾਈ ਹੈ ਅਤੇ ਉਹਨੂੰ ਅਸੀਂ ਬਾਖੂਬੀ ਉਸ ਨੂੰ ਨਿਭਾਵਾਂਗੇ। ਪੰਜਾਬ ਕੋ ਲੇਕਰ, ਪੰਜਾਬ ਕੀ ਗ੍ਰੋਥ ਕੋ ਲੇਕਰ ਕਿਸ ਤਰੀਕੇ ਸੇ ਜੋ ਐਗਜ਼ੀਕਿਊਟਿਵ ਮੈਂਬਰਸ ਵੀ ਹਮਾਰੇ ਸਾਥ ਜੁੜ ਚੁਕੇ ਉਨਸੇ ਵੀ ਬਾਤ ਕਰੇਂਗੇ, ਵੋ ਕਿਸ ਤਰੀਕੇ ਕੀ ਅਹਿਮ ਭੂਮਿਕਾ ਨਿਭਾਏਂਗੇ? ਮੈਮ ਪੰਜਾਬ ਦੀ ਐਗਰੀਕਲਚਰ ਗ੍ਰੋਥ ਬਹੁਤ ਪੋਜ਼ਿਟਿਵ ਹੈ, ਅਤੇ ਅਗਰ ਗੱਲ ਕਰੀਏ ਪਿਛਲੇ 10 ਸਾਲਾਂ ਦੇ ਵਿੱਚ ਬਹੁਤ ਕੁਛ ਚੇਂਜਿਸ ਹੋਏ ਨੇ। ਅਤੇ ਪਹਿਲਾਂ ਦੇ ਸਮੇਂ ਦੇ ਵਿੱਚ ਇੱਕ ਦੌਰ ਆਇਆ ਸੀ ਜਦੋਂ ਸਾਡੇ ਪੰਜਾਬੀ ਬਾਹਰ ਬੱਚੇ ਜਿਹੜੇ ਸੀ ਬਾਹਰ ਜਾਂਦੇ ਸੀ, ਅਤੇ ਉਹ ਹੁਣ ਹੌਲੀ ਹੌਲੀ ਘਟਣਾ ਸ਼ੁਰੂ ਹੋ ਗਿਆ। ਦਰਅਸਲ ਐਗਰੀਕਲਚਰ ਦੇ ਵਿੱਚ ਜਿਉਂ ਜਿਉਂ ਸਾਨੂੰ ਪ੍ਰੋਫਿਟ ਦਿਖਦਾ ਜਾਂਦਾ ਕਿਸਾਨਾਂ ਨੂੰ, ਅਤੇ ਤਿਉਂ ਤਿਉਂ ਇੱਥੇ ਰੁਕਣ ਦੀ ਮਤਲਬ ਰੁਕਣਗੇ ਉਹ, ਅਤੇ ਸਰਕਾਰ ਇਹਦੇ ਵਿੱਚ ਬਹੁਤ ਵੱਡੇ ਯੋਗਦਾਨ ਦੇ ਰਹੀ ਹੈ ਜੀ। ਅਤੇ ਸਰਕਾਰ ਵੱਲੋਂ ਪਿੱਛੇ ਜੇ ਉਹ ਸਕੀਮਸ ਨੂੰ ਵੀ ਲੈ ਕੇ ਆਏ ਜੋ ਕਿ ਪਰਾਲੀ ਨੂੰ ਨਾ ਅੱਗ ਲਾਉਣ ਦੇ ਵਿੱਚ ਸੀਗੀ, ਅਤੇ ਉਹਦੇ ਵਿੱਚ ਅੱਜ ਇੱਕ ਬਹੁਤ ਵੱਡੀ ਅਹਿਮ ਭੂਮਿਕਾ ਸਰਕਾਰ ਨਿਭਾ ਰਹੀ ਹੈ, ਅਤੇ ਉਹਦੇ ਨਾਲ ਅਸੀਂ ਪਸਾਈਮਾ ਅਤੇ ਸਾਡੀਆਂ ਕੁਛ ਵਿੰਗਸ ਨੇ, CRM ਵਿੰਗਸ ਹੈ, ਅਤੇ ਅਸੀਂ ਉਹਦੇ ਵਿੱਚ ਬਹੁਤ ਇੱਕ ਵੱਡਾ ਰੋਲ ਅੱਜ ਵੀ ਅਦਾ ਕਰ ਰਹੇ ਹਾਂ ਕਿ ਸਰਕਾਰ ਜੋ ਵੀ ਨੋਟੀਫਿਕੇਸ਼ਨ ਜੋ ਵੀ ਇਨਫੋਰਮੇਸ਼ਨ ਲੈ ਕੇ ਆਉਂਦੀ ਹੈ ਅਤੇ ਅਸੀਂ ਆਪਣੇ ਆਪਣੇ ਮੈਨੂਫੈਕਚਰ ਭਰਾਵਾਂ ਤੱਕ ਲੈ ਕੇ ਆਉਂਦੇ ਹਾਂ, ਅਤੇ ਉਹਨਾਂ ਨੂੰ ਜੋ ਚੈਲੇਂਜ ਆ ਰਹੇ ਉਹ ਅਸੀਂ ਸਰਕਾਰ ਤੱਕ ਲੈ ਕੇ, ਤਾਂ ਕਿ ਅੱਛੀ ਨੀਤੀ ਹੋਊਗੀ ਤਾਂ ਸਾਡੀ ਆਪੇ ਗ੍ਰੋਥ ਹੋਏਗੀ। ਹਮਾਰੇ ਸਾਥ ਕੁਛ ਐਗਜ਼ੀਕਟਿਵ ਮੈਂਬਰਸ ਵੀ ਜੁੜ ਚੁਕੇ ਹੈਂ, ਸਾਥ ਹੀ ਸਾਥ PAU ਕੇ ਸਾਇੰਟਿਸਟ ਵੀ ਹੈਂ। ਸਰ ਆਪਕਾ ਸਵਾਗਤ ਕਰਨਾ ਚਾਹਾਂਗੇ ਟਾਈਮਸ ਪੰਜਾਬ TV ਮੇਂ। ਸਰ ਕਿਆ ਕਹੇਂਗੇ ਆਜ ਕੀ ਜੋ ਮੀਟ ਰੱਖੀ ਗਈ, ਸੈਮੀਨਾਰ ਇੱਕ ਰੱਖਾ ਗਿਆ, ਕਈ ਤਰੀਕੇ ਕੇ ਅਵੇਅਰਨੈਸ ਸਪਰੈਡ ਕਰਨੇ ਕੀ ਕੋਸ਼ਿਸ਼ ਕੀ ਗਈ ਹੈ, ਤੋ ਆਨੇ ਵਾਲੇ ਟਾਈਮ ਪੇ ਅਗਰ ਹਮ ਬਾਤ ਕਰੇ ਜਿਸ ਤਰੀਕੇ ਸੇ ਯੂਥ ਜੁੜਦਾ ਵਾ ਨਜ਼ਰ ਆ ਰਿਹਾ ਹੈ, ਤੋ ਕਿਆ ਲੱਗ ਰਿਹਾ ਕਿਸ ਤਰੀਕੇ ਸੇ ਪੰਜਾਬ ਕੀ ਹਮ ਤਰੱਕੀ ਕੋ ਦੇਖੇਂਗੇ? ਪੰਜਾਬ ਦੀ ਤਰੱਕੀ, ਪੰਜਾਬ ਦੀ ਐਸੋਸੀਏਸ਼ਨ ਐਗਰੀਕਲਚਰ ਇੰਪਲੀਮੈਂਟਸ ਦਾ ਬਹੁਤ ਵੱਡਾ ਯੋਗਦਾਨ ਹੈ। ਜਿਵੇਂ ਗ੍ਰੀਨ ਰੈਵੋਲੂਸ਼ਨ ਆਇਆ, ਗ੍ਰੀਨ ਰੈਵੋਲੂਸ਼ਨ ਦੇ ਨਾਲ ਐਗਰੀਕਲਚਰ ਇੰਪਲੀਮੈਂਟਸ ਪੰਜਾਬ ਤੋਂ ਬਣੇ, ਸਭ ਤੋਂ ਜਿਹੜੇ ਵੀ ਕੋਈ ਫਸਲ ਲਿਆਂਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ, ਉਹਦੇ ਮੁਤਾਬਕ ਦੀਆਂ ਮਸ਼ੀਨਰੀਆਂ ਜਿਹੜੀਆਂ ਇਹਨਾਂ ਨੇ ਇੱਥੇ ਡਿਵੈਲਪ ਕੀਤੀਆਂ, ਕੁਛ ਫਾਰਮਰ ਨੇ ਡਿਵੈਲਪ ਕੀਤੀਆਂ, ਉਸ ਚੈਲੰਜ ਨੂੰ ਲਿਆ, ਅਤੇ ਉਹ ਗ੍ਰੀਨ ਰੈਵੋਲੂਸ਼ਨ ਉਦੋਂ ਹੀ ਪੋਸੀਬਲ ਹੋਇਆ ਜੇ ਐਗਰੀਕਲਚਰ ਮਸ਼ੀਨਰੀ ਮੈਨੂਫੈਕਚਰ ਨਾਲ।
ਪਹਿਲਾਂ ਪੁਰਾਣਾ ਦੌਰ ਸੀ, ਬਜ਼ੁਰਗ ਸੀਗੇ ਸਾਰੇ, ਆਪਣੀ ਟੈਕਨੋਲੋਜੀ ਨਾਲ ਬਹੁਤ ਵੱਡਾ ਯੋਗਦਾਨ ਉਹਨਾਂ ਨੇ ਪ੍ਰਦਾਨ ਕੀਤਾ। ਪਰ ਹੁਣ ਅੱਜ ਦੀ ਟੈਕਨੋਲੋਜੀ ਜਿਵੇਂ ਕਿ ਪਿਛਲੇ 10-15 ਸਾਲਾਂ ਤੋਂ ਨਵੀਂ ਟੈਕਨੋਲੋਜੀ ਆਈ ਆ, ਉਹਦੇ ਨਾਲ ਨਵੀਆਂ ਮਸ਼ੀਨਾਂ ਅਤੇ ਐਗਰੀਕਲਚਰ ਦੇ ਵਿੱਚ ਵੀ ਨਵੇਂ ਚੈਲੇਂਜ ਆਏ ਆ। ਜਿਵੇਂ ਕਿ ਆਪਾਂ ਨੂੰ ਪੋਲਿਊਸ਼ਨ ਦਾ ਬਹੁਤ ਵੱਡਾ ਚੈਲੇਂਜ ਆਇਆ ਸੀ, ਦਿੱਲੀ ਸਰਕਾਰ ਨੇ ਕਿਹਾ ਸੀ ਵੀ ਪੋਲਿਊਸ਼ਨ ਪੰਜਾਬ ਕਰਦਾ, ਚਲੋ ਕਰਦਾ ਜਾਂ ਕਿੰਨਾ ਕਰਦਾ ਉਹ ਗੱਲ ਸੀ, ਪਰ ਉਸ ਚੈਲੇਂਜ ਨੂੰ ਪੰਜਾਬ ਨੇ ਬਾਖੂਬੀ ਨਿਭਾਇਆ। ਇਹਨਾਂ ਨੇ ਜਿੰਨੀ ਐਗਰੀਕਲਚਰ ਮਸ਼ੀਨਰੀ ਕਹੀ ਪੰਜਾਬ ਦੇ ਐਗਰੀਕਲਚਰ ਮੈਨੂਫੈਕਚਰਰ ਨੇ ਉਹਨੂੰ ਸਪਲਾਈ ਕੀਤਾ, ਸਪਲਾਈ ਕਰਕੇ ਕਾਮਯਾਬ ਕੀਤਾ। ਅਤੇ ਜਿਹੜੀ ਵੀ ਮਸ਼ੀਨਰੀ ਉਹਨਾਂ ਦੀ, ਚਾਹੇ ਹੈਪੀ ਸੀਡਰ ਆਇਆ, ਚਾਹੇ ਉਹ ਰੋਟਾਵੇਟਰ ਆ, ਚਾਹੇ ਉਹ ਸ਼ਰਬ ਮਾਸਟਰ ਆਏ, ਚਾਹੇ ਉਹ ਮਤਲਬ ਕਿ ਬੇਲਰਸ ਆਏ, ਠੀਕ ਹੈ ਨੀ, ਇਹਦੇ ਨਾਲ ਸਾਰੀਆਂ ਮਸ਼ੀਨਰੀਆਂ ਦੇ ਅਲੱਗ ਅਲੱਗ ਮੈਨੂਫੈਕਚਰਰ ਨੇ ਜਿਹੜੇ ਵੀ ਬਣਾਉਂਦਾ ਸੀ, ਉਹਨਾਂ ਨੇ ਪੂਰਾ ਯੋਗਦਾਨ ਪਾ ਕੇ ਬੜੀ ਪ੍ਰੋਡਕਸ਼ਨ ਦੇ ਵਿੱਚ ਬੜੇ ਟਾਈਮਲੀ ਮਸ਼ੀਨਰੀ ਸਪਲਾਈ ਕੀਤੀ, ਜਿਹਦੇ ਨਾਲ ਪੋਸੀਬਲ ਹੋਇਆ। ਉਹ ਮਸ਼ੀਨ ਹਜੇ ਤੱਕ ਮਸ਼ੀਨਾਂ ਜਿਹੜੀ ਉਹਦੀ ਸਕੀਮ ਹੈ, ਜਿਹੜੀ ਸਰਕਾਰ ਸਬਸਿਡੀ ਵਾਲੀ ਸਕੀਮ, ਉਹ 'ਚ ਜਿੰਨੀ ਉਹਦੇ 'ਚ ਗਿਣਤੀ ਆ ਰਹੀ ਸੀ, ਉਹਨੂੰ ਪੂਰਾ ਕਰਨਾ ਬਹੁਤ ਵੱਡਾ ਚੈਲੇਂਜ ਸੀ, ਜਿਹੜਾ ਸਾਡੇ ਮੈਨੂਫੈਕਚਰ ਦੇ ਨਮਾਇਆ ਨਾਲ ਟੈਕਨੋਲੋਜੀ ਦੇ ਨਾਲ ਨਵੀਂ ਟੈਕਨੋਲੋਜੀ। ਹੁਣ ਅੱਜ ਦੇ ਇੰਪਲੀਮੈਂਟਸ ਸਾਡੇ ਦੂਜੇ ਬਾਹਰਲੇ ਇੰਪਲੀਮੈਂਟਸ ਨਾਲ ਮੈਚ ਕਰਨ ਲੱਗ ਗਏ ਆ, ਅਤੇ ਬਾਖੂਬੀ ਉਹਨਾਂ ਦੇ ਬਰਾਬਰ ਚੱਲ ਰਹੇ ਆ, ਅਤੇ ਗਾਂਹ ਸਾਡੇ ਜਿਹੜੇ ਸਾਡੇ ਕੰਮ ਕਰਨ ਦਾ ਤਰੀਕਾ ਜਿਹੜਾ ਸੀ ਪਿਛਲੇ ਸਾਲਾਂ ਤੋਂ ਕੁਛ ਹੋਰ ਸੀ, ਹੁਣ ਅੱਜ ਯੂਥ ਆ ਗਿਆ, ਯੂਥ ਵੀ ਨਵੀਂ ਤਰੀਕੇ ਨਾਲ ਨਵੇਂ ਆਨਲਾਈਨ ਕੰਮ ਹੋ ਗਿਆ ਸਾਰਾ ਸਿਸਟਮ, ਉਹਨੂੰ ਇਹ ਯੂਥ ਬਹੁਤ ਅੱਗੇ ਲੈ, ਸਾਡੇ ਜਿਹੜੇ ਅੱਗੇ ਬੱਚੇ ਉਹ ਅੱਗੇ ਲੈ ਆ ਰਹੇ ਆ। ਹਰਵਿੰਦਰ ਸਿੰਘ ਜੀ ਇਗਜ਼ਾਮਪਲ ਹੈ, ਇਹਨਾਂ ਨੂੰ ਹੁਣ ਇਹਨਾਂ ਨੂੰ ਬਾਗਡੋਰ ਸੰਭਾਲੀ ਆ ਪੰਜਾਬ ਦੀ ਅਸਮੀਆਂ ਦੀ, ਕਿਉਂਕਿ ਕਈ ਇਹੋ ਜਿਹੇ ਨਵੇਂ ਇਨਫੋਰਮੇਸ਼ਨ ਦਊਂਗੀਆਂ ਜਿਹੜੀਆਂ ਕਿ ਪੁਰਾਣੇ ਇਹਨਾਂ ਦੇ ਸਮਝ 'ਚ ਜਾਂ ਉਹਨਾਂ ਨੂੰ ਕਵਰ ਕਰਨਾ ਔਖਾ ਹੋ ਜਾਂਦਾ। ਇਸ ਕਰਕੇ ਅਸੀਂ ਯੂਥ ਨੂੰ ਅੱਗੇ ਕੀਤਾ, ਸਾਰੀ ਟੀਮ ਐਤੀ ਯੂਥ ਦੀ ਆ, ਨਾ ਜਿੱਥੇ ਇਹਨਾਂ ਨੂੰ ਲੋੜ ਪਊਗੀ ਸਾਡੀ ਪੁਰਾਣੀ ਜਿਹੜੀ ਟੀਮ ਹੈ ਕੁਛ ਬੰਦੇ ਆ ਉਹ ਇਹਨਾਂ ਦੇ ਪੂਰੇ ਨਾਲ ਹੈ, ਅਤੇ ਜਿਹੜਾ ਯੂਥ ਨੂੰ ਕੋਸ਼ਿਸ਼ ਆ ਵੀ ਅਸੀਂ ਵੱਧ ਤੋਂ ਵੱਧ ਇੱਥੇ ਰੱਖੀਏ, ਬਾਹਰ ਨਾ ਜਾਣ, ਇੱਥੇ ਰਹਿ ਕੇ ਕੰਮ ਕਰਨ। ਐਕਸ ਪ੍ਰੈਜ਼ੀਡੈਂਟ ਵੀ ਜੁੜ ਚੁੱਕੇ ਸਰ, ਅਗਰ ਹਮ ਬਾਤ ਕਰੇ ਸਰ, ਆਪਸੇ ਥੋੜੀ ਸੀ ਬਾਤ ਕਰਨਾ ਚਾਹੇਂਗੇ, ਐਕਸਪੀਰੀਅੰਸ ਪਰਸਨ ਹੈ ਆਪ, ਅਗਰ ਹਮ ਯੂਥ ਕੀ ਬਾਤ ਕਰੇ ਤੋ ਆਪਕੋ ਕਿਆ ਲੱਗ ਰਿਹਾ, ਅਗਰ ਹਮ ਆਜ ਕੇ ਟੈਲੈਂਟ ਕੀ ਬਾਤ ਕਰੇ, ਬਹੁਤ ਬ੍ਰੇਨੀ ਹੈ ਹਮਾਰਾ ਯੂਥ, ਕਈ ਤਰੀਕੇ ਕੀ ਚੀਜ਼ੋ ਕੋ ਇੰਪਲੀਮੈਂਟ ਕਰਨੇ ਪੇ ਵਿਸ਼ਵਾਸ ਕਰਤਾ ਹੈ, ਨਈ ਨਈ ਟੈਕਨੋਲੋਜੀਸ ਕੋ ਲਾਨੇ ਮੇ ਵਿਸ਼ਵਾਸ ਕਰਤਾ ਹੈ, ਤੋ ਦੇਸ਼ ਵਿਦੇਸ਼ ਤੱਕ ਕਿਸ ਤਰੀਕੇ ਸੇ ਪੰਜਾਬ ਕੀ ਜੋ ਮਸ਼ੀਨਰੀ ਔਰ ਪੰਜਾਬ ਕੇ ਟੂਲਸ ਹੈ ਵੋ ਪਹੁੰਚਾਏਂਗੇ ਹਮਾਰੇ ਯਹਾਂ ਕੇ ਯੂਥ। ਐਸਾ ਹੈ ਜੋ ਹਮ ਪੁਰਾਣੇ ਜ਼ਮਾਨੇ ਕੇ ਆਦਮੀ ਹੈ, ਜੋ ਨਏ ਹਮਾਰੇ ਯੰਗ ਜਨਰੇਸ਼ਨ ਆਏਗੀ, इनको सब हमारे को कंप्यूटर चलाना नहीं आता है, इनको सब कंप्यूटर आता है, मैकेनिक सब आता है, इसलिए ये हमारे से अच्छा काम करेंगे, इसलिए हमने इनको इस सर गाइडेंस की तरफ क्लिक पर ही कई तरीके के काम हो जाते हैं, तो क्या लग रहा है किस तरीके से पंजाब की ग्रोथ को आप देखेंगे? कि पंजाब की ग्रोथ जी साड़ी है, पहला तो साडे संतोख सिंह जी साडे फॉर्मर प्रधान ने, ते ए इन्हां दी गाइडेंस दे नाल, ते मतलब इन्हां नूं असीं ये नहीं कहते अरबी घोड़े ने साडे जी, ਇਹਨਾਂ ਦੀ ਗਾਈਡੈਂਸ ਦੇ ਨਾਲ ਅਸੀਂ ਅੱਗੇ ਅੱਜ ਤੱਕ ਜਿੱਥੇ ਵੀ ਪਹੁੰਚੇ ਹਾਂ, ਜੋ ਪਿਛਲੇ 3 ਸਾਲਾਂ ਦਾ ਇਹਨਾਂ ਦਾ ਕਾਰਜਕਾਲ ਰਿਹਾ, ਉਹਦੇ ਵਿੱਚ ਅਸੀਂ ਬਹੁਤ ਅਗਾਂਹ ਵਧੂ ਫੈਸਲੇ ਲਏ ਨੇ, ਅਗਾਂਹ ਵਧੂ ਫੈਸਲਿਆਂ ਨੂੰ ਲੈਂਦੇ ਹੋਏ ਜੀ ਅੱਜ ਯੂਥ ਦੇ ਹੱਥ ਦੇ ਵਿੱਚ ਇਹ ਅੱਜ ਸਾਡੀ 21 ਸਾਲ ਪੁਰਾਣੀ ਐਸੋਸੀਏਸ਼ਨ ਦੀ ਕਮਾਂਡ ਜਾ ਰਹੀ ਆ, ਜਿਹਦੇ ਵਿੱਚ ਆਦਵਿੰਦਰ ਸਿੰਘ ਜੀ ਪ੍ਰਧਾਨ ਬਣੇ ਨੇ, ਅਤੇ ਸਾਡਾ ਮੁੱਖ ਉਦੇਸ਼ ਇਹਦੇ ਵਿੱਚ ਇਹ ਵੀ ਜਿੰਨੇ ਵੀ ਸਾਡੇ ਦੇਖੋ ਇੱਕ ਸੈੱਟ ਐਗਜ਼ਾਮਪਲ ਜਿਹੜੀ ਸਾਡੇ ਪ੍ਰਧਾਨ ਸਾਹਿਬ ਦੀ ਨਵੇਂ ਨਿਯੁਕਤ ਵੀ ਹੈ, ਉਹ ਖੁਦ ਆਪ ਕੈਨੇਡਾ ਤੋਂ ਪੜ੍ਹੇ ਹੋਏ ਨੇ, ਅਤੇ ਉਹ ਇੱਥੇ ਆ ਕੇ ਆਪਣਾ ਕਾਰੋਬਾਰ ਕਰ ਰਹੇ ਨੇ, ਆਪਣੇ ਕਾਰੋਬਾਰ ਨੂੰ ਉਹਨਾਂ ਨੇ 4 ਗੁਣਾ ਵਧਾਇਆ, ਅਤੇ ਉਸ ਤੋਂ ਬਾਅਦ 12 ਸਾਲ ਇਸ ਐਸੋਸੀਏਸ਼ਨ ਨੂੰ ਆਪਣਾ ਸਮਾਂ ਦੇ ਕੇ ਅੱਜ ਪ੍ਰਧਾਨਗੀ ਹਾਸਲ ਕੀਤੀ, ਅਤੇ ਇਹੀ ਜੋ ਸਾਡੀ ਅੱਗੇ ਜਿਹੜੀ ਜਨਰੇਸ਼ਨ ਆ, ਜੋ ਅੱਗੇ ਜਿਹੜੀ ਸਾਡੀ ਯੂਥ ਦੀ ਟੀਮ ਆ, ਬਣ ਕੇ ਅਸੀਂ ਲੋਕਾਂ ਨੂੰ ਸੁਨੇਹਾ ਵੀ ਇਸ ਚੀਜ਼ ਦਾ ਵੀ ਬਾਹਰ ਬਹੁਤ ਕੁਛ ਨਹੀਂ ਰੱਖਿਆ ਹੈ, ਇੱਥੇ ਪੰਜਾਬ ਦੇ ਵਿੱਚ ਬਹੁਤ ਕੁਛ ਹੈ, ਅਤੇ ਸਰਕਾਰ ਦੀਆਂ ਪੋਲਿਸੀਆਂ ਨੂੰ ਅਸੀਂ ਨਿਖੇਧੀ ਜਿਵੇਂ ਕਰਦੇ ਹਾਂ, ਬਟ ਜਦੋਂ ਅਸੀਂ ਇੱਕ ਯੂਨਾਈਟਿਡ ਹੋ ਕੇ ਇੱਕ
ਇੱਕ ਐਸੋਸੀਏਸ਼ਨ ਬਣਾ ਕੇ ਅਸੀਂ ਆਪਣੀ ਪ੍ਰੋਬਲਮਸ ਨੂੰ ਆਪਣੀ ਸਰਕਾਰਾਂ ਨੂੰ ਦੱਸਦੇ ਹਾਂ ਤਾਂ ਸਾਡੀਆਂ ਸੁਣਦੀਆਂ ਨੇ, ਬਟ ਜੇ ਅਸੀਂ ਇਕੱਲਿਪਾ ਬੰਦਾ ਉਹਨੂੰ ਅਸੀਂ ਅਪਰੋਚ ਨਹੀਂ ਕਰ ਪਾਉਂਦਾ, ਤਾਂ ਸਾਡੀ ਐਸੋਸੀਏਸ਼ਨ ਦਾ ਬਹੁਤ ਵੱਡਾ ਯੋਗਦਾਨ ਹੈ। ਅੱਜ ਗ੍ਰੀਨ ਰੈਵੋਲਿਊਸ਼ਨ ਨੂੰ ਤੁਸੀਂ ਦੇਖ ਲਓ, ਅਤੇ ਅੱਜ ਜਦੋਂ ਜੇ 4 ਸਾਲ 5 ਸਾਲ ਪਹਿਲਾਂ ਤੁਸੀਂ ਦੇਖੋ ਤਾਂ ਸਾਹ ਦੀ ਬੜੀ ਪ੍ਰੋਬਲਮ ਸੀ ਲੁਧਿਆਣੇ ਸ਼ਹਿਰ ਵਿੱਚ, ਕੰਜਸਟਡ ਏਰੀਆ ਤੁਸੀਂ ਕਹਿ ਲਓ ਪੂਰੇ ਪੰਜਾਬ ਦੇ ਵਿੱਚ ਸੀਗਾ, ਅਤੇ ਹੁਣ ਤੁਸੀਂ ਪਿਛਲੇ 2-3 ਸਾਲਾਂ ਤੋਂ ਦੇਖ ਰਹੇ ਹੋਗੇ ਉਹ ਜਿਹੜੀ ਹੈਗੀ ਹੈ ਸਮੱਸਿਆ ਦਿਨੋਂ ਦਿਨ ਹਰ ਸਾਲ ਵਾਈਜ਼ ਘੱਟ ਗਈ। ਉਹ ਸਾਡੇ ਮੈਨੂਫੈਕਚਰ ਭਰਾਵਾਂ ਦੀ ਦੇਣ ਆ, ਸਰਕਾਰ ਦੇ ਨਾਲ ਮਿਲ ਕੇ ਉਹ ਇਹੋ ਜਿਹੇ ਯੰਤਰ ਇਹੋ ਜਿਹੀਆਂ ਮਸ਼ੀਨਾਂ ਬਣਾਈਆਂ ਜਿਨ੍ਹਾਂ ਨੂੰ ਬਣਾ ਕੇ ਉਹਨਾਂ ਨੂੰ ਅਸੀਂ ਕਿਸਾਨਾਂ ਦੇ ਮੁਹੱਈਆ ਕਰਾਇਆ, ਤਾਂ ਜੋ ਉਹ ਜੋ ਉਹਨਾਂ ਨੂੰ ਨਾੜ ਨੂੰ ਅੱਗ ਲਾਉਂਦੇ ਸੀਗੇ ਉਹਨੂੰ ਅੱਗ ਨਹੀਂ ਲਾਈ, ਅਤੇ ਉਸ ਤੋਂ ਬਾਅਦ ਉਹ ਜਿਹੜੀਆਂ ਮਸ਼ੀਨਰੀਆਂ ਨੇ ਉਹਦੇ ਵਿੱਚ ਤਕਨੀਕੀ ਫੇਰ ਬਦਲ ਕਰਦੇ ਕਰਦੇ ਅੱਜ ਇਸ ਹਾਲਾਤ ਤੱਕ ਪਹੁੰਚ ਚੁੱਕੇ ਹਾਂ ਅਸੀਂ ਵੀ, ਜਿਹੜੀ ਉਹ ਪਰਾਲੀ ਆ ਪਰਾਲੀ ਤੋਂ ਵੀ ਅੱਗੇ ਇਥਨੀਓਲ ਜਾਂ ਹੋਰ ਚੀਜ਼ਾਂ ਨੂੰ ਜਿਹੜੀ ਮਸ਼ੀਨੀਕਰਨ ਕਰਕੇ ਵੀ ਉਸ ਤੋਂ ਵੀ ਫਾਇਦਾ ਕਿਸਾਨਾਂ ਨੂੰ ਮੁਹੱਈਆ ਕਰਾਇਆ ਜਾ ਸਕੇ। ਤਾਂ ਓਪਰਚੁਨਿਟੀ ਜੇ ਦੇਖੀਏ ਅੱਜ ਦੀ ਡੇਟ ਦੇ ਵਿੱਚ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ, ਬਾਹਰ ਦੇ ਵਿੱਚ ਅਸੀਂ ਯੂਥ ਨੂੰ ਇਹੀ ਮੈਸੇਜ ਦੇਣਾ ਚਾਹੂੰਗਾ ਮੈਂ ਵੀ ਸਾਨੂੰ ਇੱਥੇ ਹੀ ਓਪਰਚੁਨਿਟੀਜ਼ ਨੂੰ ਦੇਖ ਕੇ ਉਹਦੇ ਉੱਤੇ ਮਿਹਨਤ ਕਰਕੇ ਉਹਨੂੰ ਅੱਗੇ ਲੈ ਕੇ ਜਾਣਾ ਚਾਹੀਦਾ। ਜਾਤੇ ਜਾਤੇ ਆਪਸੇ ਲਾਸਟ ਮੇਂ ਬਾਤ ਕਰਨਾ ਚਾਹੇਂਗੇ, ਪ੍ਰੈਜੈਂਟੇਸ਼ਨ ਕੇ ਟਾਈਮ ਹਮਨੇ ਦੇਖਾ ਜਿਸ ਤਰੀਕੇ ਸੇ ਆਪ ਗਾਈਡ ਕਰ ਰਹੇ ਥੇ, ਸਰ ਆਪਕੋ ਕਿਆ ਲੱਗ ਰਿਹਾ ਹੈ ਜੋ ਯੂਥ ਆਪਕੇ ਸਾਥ ਅਬ ਜੁੜ ਚੁੱਕਾ ਹੈ, ਇਸ ਫੈਮਿਲੀ ਕੇ ਸਾਥ ਜੁੜ ਚੁੱਕਾ ਹੈ, ਤੋ ਨਈ ਨਈ ਅਪਰਚੁਨਿਟੀਜ਼ ਕੋ ਗ੍ਰੈਬ ਕਰਨੇ ਕੇ ਲਈ ਹਮਾਰਾ ਯੂਥ ਤਿਆਰ ਤੋ ਹੈ, ਲੇਕਿਨ ਸੋਸ਼ਲ ਮੀਡੀਆ ਕੇ ਇਸ ਜ਼ਮਾਨੇ ਮੇਂ ਕਹੀਂ ਨਾ ਕਹੀਂ ਵੋ ਆਪਣੇ ਆਪਕੋ ਕਈ ਔਰ ਜਗ੍ਹਾ ਵੀ ਇਨਵੋਲਵ ਕਰਤਾ ਹੈ, ਕਈ ਔਰ ਜਗ੍ਹਾ ਵੀ ਬਿਜ਼ੀ ਰੱਖਤਾ ਹੈ, ਲੇਕਿਨ ਇੱਕ ਇਨੀਸ਼ੀਏਟਿਵ ਜੋ ਆਪਕੀ ਤਰਫ ਸੇ ਲਿਆ ਗਿਆ ਹੈ, ਲੱਗ ਰਿਹਾ ਹੈ ਕਿ ਆਗੇ ਆ ਕੇ ਜਿਤਨਾ ਵੀ ਯੂਥ ਹੈ ਵੋ ਬਹੁਤ ਬੜਾ ਇੱਕ ਯੋਗਦਾਨ ਦੇਗਾ। ਦੇਖੋ ਮੈਮ, ਸਭ ਤੋਂ ਪਹਿਲੇ ਤੋਂ ਜੋ ਹਮਾਰੀ ਐਸੋਸੀਏਸ਼ਨ ਹੈ ਉਸਕੋ ਓਵਰਆਲ ਆਪਕੋ ਬਤਾ ਦੂੰ ਕਿ 90s ਮੇਂ ਓਰੀਜਨ ਹੋਈ, ਔਰ ਇਸਕੇ ਆਜ ਤਕਰੀਬਨ 200+ ਹਮਾਰੇ ਜੋ ਮੈਂਬਰ ਹੈ, ਜੋ ਇੰਡੀਆ ਕੀ ਮੈਂ ਕਹੂੰਗਾ ਐਗਰੀਕਲਚਰ ਜੋ ਐਸੋਸੀਏਸ਼ਨ ਹੈ ਉਹ ਸਭ ਤੋਂ ਬੜੀ ਐਸੋਸੀਏਸ਼ਨ ਹੈ, ਔਰ ਇਸਮੇ ਹਮ ਖਾਲੀ ਡੋਮੈਸਟਿਕ ਜਾਂ ਹਮਾਰੇ ਦਾਇਰੇ ਐਗਜੀਬਿਸ਼ਨ ਹੋਤੇ ਹਨ ਜਹਾਂ ਪੇ ਬਹੁਤ ਜ਼ਿਆਦਾ ਹਮਾਰੇ ਸੇ ਹਾਈਟੈਕ ਮਸ਼ੀਨਰੀ ਹੈ, ਵੋ ਵੀ ਹਮ ਮਤਲਬ ਜੋ ਹਮਾਰੇ ਡੈਲੀਗੇਸ਼ਨ ਜਾਤੇ ਹੈ ਯਹਾਂ ਪੇ ਯਹਾਂ ਸੇ ਐਸੋਸੀਏਸ਼ਨ ਕੇ, ਤੋ ਉਨਕੋ ਵਹਾਂ ਪੇ ਲੇ ਕੇ ਜਾਤੇ ਹੈ, ਔਰ ਜੈਸੇ ਹਮਾਰੇ ਬਜ਼ੁਰਗ ਜਾਂ ਹਮਾਰੇ ਦਾਦਾ ਪੜਦਾਦਾ ਜੋ ਪਹਿਲੇ ਬੈਲੋਂ ਥੇ ਜਾਂ ਟਰੈਕਟਰ ਸੇ ਖੇਤੀ ਕਰਦੇ ਥੇ, ਔਰ ਜੋ ਉਸ ਟਾਈਮ ਕੀ ਮਸ਼ੀਨਰੀ ਸੀ, ਤੋ ਅਬ ਹਮ ਬਾਹਰ ਜਾ ਕੇ ਉਸ ਮਸ਼ੀਨ ਕੋ ਦੇਖ ਰਹੇ ਹੈਂ, ਤੋ ਪ੍ਰੋਸੀਜਰ ਮੇਂ ਆ ਗਈ ਹੈ, ਤੋ ਵਹਾਂ ਪੇ ਬਹੁਤ ਸਾਰੀ ਬੜੀ ਕੰਬਾਈਨ ਹਾਰਵੈਸਟਰ ਸੀਡਰ ਜੋ ਚੀਜ਼ ਹੈ ਵੋ ਦਿਖਾਤੇ ਹੈ ਹਮਾਰੇ ਜੋ ਜੋ ਮਤਲਬ ਮੇਰੀ ਲੈਵਲ ਕੇ ਜੋ ਯੰਗ ਲੜਕੇ ਹੈ ਜਾਂ ਜੋ ਨਏ ਬੰਦੇ ਇਸ ਕਾਮ ਮੇਂ ਆ ਰਹੇ ਹੈ, ਤੋ ਉਨਕੋ ਦਿਖਾਤੇ ਹੈ ਵੀ ਯੇ ਚੀਜ਼ ਹਮਾਰੇ ਇੰਡੀਆ ਮੇਂ ਬਣ ਸਕਤੀ ਹੈ, ਹਮਾਰੇ ਪੰਜਾਬ ਮੇਂ ਬਣ ਸਕਤੀ ਹੈ। ਤੋ ਯਹੀ ਮੈਂ ਕਹੂੰਗਾ ਹਮਾਰੀ ਯੂਥ ਜੋ ਜਨਰੇਸ਼ਨ ਹੈ, ਤੋ ਵੋ ਬਾਹਰ ਕਾ ਥੋੜਾ ਸਾ ਕੈਨੇਡਾ ਕਾ ਅਮੇਰੀਕਾ ਕਾ ਖਿਆਲ ਛੋੜ ਕੇ ਔਰ ਪੰਜਾਬ ਮੇਂ ਦੇਖੇ ਕਿਆ ਕਰ ਸਕਤੇ ਹੈ। ਹਮਾਰੇ ਸਾਥ ਤੋ ਸਾਇਮਾ ਕੇ ਚੇਅਰਮੈਨ ਵੀ ਜੁੜ ਚੁੱਕੇ ਹੈ, ਸਰ ਕਿਆ ਕਹਿਣਾ ਚਾਹੇਂਗੇ ਜਿਸ ਤਰੀਕੇ ਸੇ ਅਬ ਜੋ ਟੈਕਨੋਲੋਜੀਜ਼ ਕੋ ਯੂਥ ਅਡੋਪਟ ਕਰ ਰਹਾ ਹੈ, ਐਗਜ਼ੀਬਿਸ਼ਨਸ ਮੇਂ ਜ਼ਰੂਰ ਸ਼ੋਕੇਸ ਕੀ ਜਾਤੀ ਹੈ ਹਮਾਰੀ ਨਈ ਟੈਕਨੋਲੋਜੀਜ਼, ਦੇਸ਼ ਵਿਦੇਸ਼ ਸੇ ਲੋਕ ਆਤੇ ਹੈ, ਔਰ ਅਗਰ ਹਮ ਪੰਜਾਬ ਕੀ ਬਾਤ ਕਰੇ ਤੋ ਇਤਨਾ ਟੈਲੈਂਟ ਹੈ ਯਹਾਂ ਕੇ ਯੂਥ ਮੇਂ, ਲੇਕਿਨ ਵੋ ਟੈਲੈਂਟ ਅਗਰ ਬਾਹਰ ਨਾ ਜਾ ਕਰ ਯਹੀਂ ਪੇ ਰਹਿ ਕੇ ਹਮਾਰੇ ਪੰਜਾਬ ਕੀ ਗ੍ਰੋਥ ਮੇਂ ਇੱਕ ਬਹੁਤ ਬੜਾ ਯੋਗਦਾਨ ਦੇ ਸਕਤਾ ਹੈ, ਤੋ ਕੈਸੇ ਪੰਜਾਬ ਕੀ ਗ੍ਰੋਥ ਕੋ ਦੇਖੇਂਗੇ? ਦੇਖੀਏ, ਐਸਾ ਹੈ ਕਿ ਜੋ ਹਮਾਰੀ ਐਗਰੀਕਲਚਰ ਮਸ਼ੀਨਰੀ ਇੰਡਸਟਰੀ ਹੈ, ਆਪਨੇ ਦੇਖਾ ਹੋਗਾ ਯੇ ਲੋਕ ਬਾਹਰ ਜਾ ਕਰ ਕਾਮ ਨਹੀਂ ਕਰ ਰਹੇ, ਯੇ ਆਪਣੀ ਇੰਡਸਟਰੀ ਕੋ ਹੀ ਗਰੋ ਕਰ ਰਹੇ, ਉਸ ਇੰਡਸਟਰੀ ਕੀ ਗਰੋਥ ਕੇ ਲੀਏ ਕਾਮ ਕਰ ਰਹੇ ਹੈ, ਨਈ ਟੈਕਨੋਲੋਜੀ ਲਗਾ ਰਹੇ ਹੈ। ਅਗਰ ਅੱਜ ਕੀ ਡੇਟ ਮੇਂ ਦੇਖਾ ਜਾਏ ਤੋ ਐਗਰੀਕਲਚਰ ਮਸ਼ੀਨਰੀ ਹਮਾਰੇ ਯਹਾਂ ਜੈਸੇ ਕੋਈ ਆਟੋਮੋਬਾਈਲ ਇੰਡਸਟਰੀ ਮੇਂ ਕਾਰੇ ਬਣਤੀ ਹੈ, ਇਸ ਤਰ੍ਹਾਂ ਸੇ ਟੈਕਨੋਲੋਜੀ ਸੇ ਬਣ ਰਹੀ ਹੈ, ਇਸਕੇ ਕਾਰਨ ਪੰਜਾਬ ਕੀ ਮਸ਼ੀਨਰੀ ਬਹੁਤ ਜ਼ਿਆਦਾ ਕਾਮਯਾਬ ਵੀ ਹੈ, ਔਰ ਉਸਕਾ ਨਾਮ ਪੂਰੇ ਇੰਡੀਆ ਔਰ ਵਰਲਡ ਵਾਈਡ ਵੀ ਹੈ। ਬਸ ਹਮੇਂ ਜ਼ਰੂਰਤ ਹੈ ਕਿ ਇਸ ਇੰਡਸਟਰੀ ਕੋ ਇੰਟਰਨੈਸ਼ਨਲ ਲੈਵਲ ਪਰ ਲੈ ਕੇ ਜਾਣੇ ਕੀ, ਔਰ ਐਸੋਸੀਏਸ਼ਨ ਕਾ ਯਹੀ ਯੋਗਦਾਨ ਹੈ ਕਿ ਚਾਰੋਂ ਪਹਿਲੂ ਇਸਕੇ ਉੱਪਰ ਡੋਮੈਸਟਿਕ ਮਾਰਕੀਟ, ਇੰਟਰਨੈਸ਼ਨਲ ਮਾਰਕੀਟ, ਇੰਪੋਰਟ ਕੇ ਲੀਏ ਔਰ ਸਭ ਤਰ੍ਹਾਂ ਕਾ ਜੋ ਹੈ ਉਸਕੇ ਲੀਏ ਐਸੋਸੀਏਸ਼ਨ ਕਾਮ ਕਰੇ, ਔਰ ਸਭੀ ਵਰਗ ਕੇ ਲੋਕ ਜੋ ਹਮਾਰੀ ਐਸੋਸੀਏਸ਼ਨ ਕੇ ਮੈਂਬਰ ਹੈ, ਚਾਹੇ ਵੋ ਛੋਟੀ ਇੰਡਸਟਰੀ ਹੈ, ਬੜੀ ਇੰਡਸਟਰੀ ਹੈ, ਯੂਥ ਹੈ ਜਾਂ ਸੀਨੀਅਰ ਹੈ, ਕਿਉਂਕਿ
उन सबको हम लोग एक अपॉर्चुनिटी दें कि एसोसिएशन उनको अपॉर्चुनिटी ला के दे, उनका बिजनेस ग्रो करे और वो टेक्नोलॉजिकली एडवांसमेंट करके किसानों की सेवा कर सके ताकि किसान एग्रीकल्चर में जुड़ा रह सके। हमारे साथ तो साइमा के यूथ मेंबर्स जुड़ चुके हैं, आप क्या कहना चाहेंगे? आप ये अपनी फ्रेंड सर्कल में देखते होंगे कि जो यूथ है वो जिस तरीके से मूव आउट कर रहा है बाहर, लेकिन अगर हम पंजाब की आज बात करें तो बहुत रिच हेरिटेज और बहुत प्राउडली हम कहते हैं कि हम पंजाब में रहते हैं। आप यहाँ पे रह के किस तरीके से आपको लग रहा है कि आप और भी ज्यादा लोगों को अपने साथ जोड़ के पंजाब की तरक्की में आप योगदान दे सकते हैं? जी, हमको मतलब यही कहना चाहेंगे कि जो यूथ अभी पंजाब का जो बाहर जा रहा है उनको बाहर ना जाके यहीं पे रह के काम करना चाहिए। जैसे अभी हमारे पंजाब की एसोसिएशन के प्रेसिडेंट अपॉइंट हुए हैं आपविंदर जी, तो मतलब ये यंग जनरेशन के लिए बहुत अच्छा वो उन्होंने एक एग्जाम्पल सेट कर दी है कि यहाँ पे रह के भी हम बहुत बढ़िया काम कर सकते हैं और हम ग्रो कर सकते हैं। आपको पूरी उम्मीद है जितना यूथ ज्यादा से ज्यादा जुड़ेगा तो हमारे पंजाब में एक अलग, डेफिनेटली जो हमारे पंजाब के सीएम भी बात करते हैं कि बदलती हुई तस्वीर देखना चाहते हैं, वो जरूर है। जी एग्जैक्टली, अगर जितना यूथ यहाँ पे रहेगा बाहर मतलब नहीं मूव होगा तो उतना ही हमारा पंजाब भी ग्रो करेगा और यूथ को बहुत सारी अपॉर्चुनिटीज भी मिलेंगे। नेशनल एग्रो इंडस्ट्री के सर हमारे साथ जुड़ चुके हैं, सर क्या कहना चाहेंगे आज की मीट को लेकर? नए प्रेसिडेंट अपॉइंट हुए और साथ ही साथ जो देख रहे हैं कि यंग जनरेशन अब आगे आ चुकी है, बहुत टैलेंटेड है, बहुत ब्रेनी है और यहाँ की अगर हम बात करें तो जो मशीनरीज भी कोने कोने तक जाएंगी डेफिनेटली वो कॉस्ट इफेक्टिव भी होंगी। देखो मशीनरी बारे तो सारे ने जो कुछ कहना सी बड़ा सही कहता, मैं तो जो प्रेसिडेंटशिप पद चेंज हुई उहदे बारे दसूंगा। आदविंदर दे नाल मैं तकरीबन पिछले 7 साल तो कम कर रहे हैं, तो बड़ा सियाणा बड़े वधिया तरीके दे नाल पहला भी इन्हें जिहड़ियां जूनियर लैवल दे उत्ते जिम्मेवारियां रहियां ने उह निभाईआं ने, ते हुण सानूं पूरी आस है कि इहदे जिहड़े मोढे है उह पक चुके है प्रेजिडेंटशिप लई, ते इह उहनूं बखूबी निभाऊगा, निभा रिहा। बाकी सारी एग्जीक्यूटिव इहदे नाल है, इह कल्ला नहीं हैगा, असीं सारे नाल इहनूं सपोर्ट करके जो एसोसीएशन दे एजेंडे है, जो थॉट प्रोसैस है जिहदे ते एसोसीएशन कम करदी है, उहनूं असीं सारे जणे रल के अग्गे टैक। जाते जाते आपको फिर एक बार लाइव तस्वीरें दिखा देते हैं। पसायमा फैमिली हमारे साथ जुड़ चुकी है, जो न्यूली अपॉइंटेड हमारे प्रेसिडेंट है वो हमारे साथ जुड़ चुके हैं, तो मैं चाहती हूँ कि आप सब कुछ कहना चाहेंगे क्योंकि जिस तरीके से अब यूथ आगे आ चुके हैं तो डेफिनेटली एक स्लोगन आपकी तरफ से जरूर बनता है जो पंजाब की ग्रोथ में बहुत ज्यादा साबित होगा, क्या कहना चाहेंगे स्लोगन या कुछ आप कहना चाहेंगे? स्लोगन तो ये है सर, मैम मेहनत करें, जो भी है मेहनत से ही सब कुछ है, मेहनत से ही आगे बढ़ा जाए। स्लोगन आप यूथ है तो एक विक्ट्री साइन भी बना दीजिए और साथ में हिप्पी पूरे भी बनते हैं तरफ। पसायमा फैमिली हमारे साथ जुड़ी, साथ ही साथ अगर हम अब पंजाब की ग्रोथ की बात करें तो इनिशिएटिव लिया जा चुका है पंजाब के यूथ की तरफ से, एग्रीकल्चरल स्टेट में हम रहते हैं, बहुत प्राउडली हम कहते हैं कि जिस हेरिटेज से हम जिस कल्चर के साथ जुड़े हैं वहाँ की ग्रोथ के लिए जो यहाँ का यूथ जुड़ चुका है तो डेफिनेटली पंजाब की एक बदलती हुई तस्वीर हमें आने वाले टाइम पे देखने को मिलेगी। इट्स टाइम टू से गुड बाय टू यू, थैंक यू सो मच। Weil keiner spricht, tauchen ab, sehen nix, denn der Nebel zu dicht. Morgen ist jetzt scheißegal, wir geben komplett Gas. Ja, holt doch die Bullen, wenn es